ਜੀ ਅਸਲਾਮ ਵਾਲੇਕੁਮ। ਹਾਂਜੀ ਬਾਈ, ਅੱਜ ਮੈਂ ਸੋਰੀ ਕਰਨ ਵਾਸਤੇ ਵੀਡੀਓ ਬਣਾਈ ਹੈ। ਮੈਂ ਬਾਈ ਲਾਸਟ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਹਦੇ ਵਿੱਚ ਰੋਕੀ ਆਪਣਾ ਠੀਕ ਹੋ ਜਾਂਦਾ, ਪਰ ਮੈਂ ਜੋ ਵੀ ਜਿਹੜੇ ਟੂਪਾਂ ਜਿਹੜੀਆਂ ਬੋਤਲਾਂ ਵਗੈਰਾ ਲੱਗੀਆਂ ਨੇ, ਮੈਡੀਸਨ ਹੈਗੀਆਂ ਨੇ, ਛਾਪਰ 'ਚ ਪਾ ਕੇ ਅਤੇ ਚੁੱਕ ਕੇ ਮੈਂ ਨਹਿਰ ਦੇ ਵਿੱਚ ਮਾਰੀ ਹੈ। ਅਤੇ ਮੈਨੂੰ ਰੀਅਲਾਈਜ਼ ਹੋਇਆ ਕਿ ਬਾਈ ਮੈਂ ਬਹੁਤ ਵੱਡੀ ਮਿਸਟੇਕ ਕੀਤੀ ਹੈ, ਕਿਉਂਕਿ ਸਾਡਾ ਇਹ ਪਾਣੀ ਲੋਕ ਅੱਗੇ ਪੀਂਦੇ ਵੀ ਹੈ ਨੇ, ਲੋਕ ਯੂਜ਼ ਕਰਦੇ ਨੇ, ਜਾਨਵਰ ਪੀਂਦੇ ਆ, ਅਤੇ ਮੇਰੇ ਕੋਲ ਬਹੁਤ ਵੱਡੀ ਮਿਸਟੇਕ ਹੋਈ। ਸਭ ਤੋਂ ਪਹਿਲਾਂ ਮੈਂ ਸੋਰੀ ਕਰਦਾ। ਅਤੇ ਮੈਨੂੰ ਰੀਅਲਾਈਜ਼ ਇਹ ਹੋਇਆ ਕਿ ਯਾਰ, ਅਗਰ ਸਾਡੀ ਵੀਡੀਓ ਲੋਕਾਂ ਤੱਕ ਜਾਂਦੀ ਹੈ, ਅਗਰ ਅਸੀਂ ਅੱਛੀ ਚੀਜ਼ ਨਹੀਂ ਦੱਸਣੀ, ਅੱਛੀ ਗੱਲ ਨਹੀਂ ਦੱਸਣੀ ਹੈ, ਸਾਡੇ ਕੋਲ ਲੋਕਾਂ ਨੇ ਕੀ ਸਿੱਖਣਾ? ਇਸ ਕਰਕੇ ਬਾਈ ਮੈਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਆਪਣੇ ਇਸ ਕੰਮ 'ਤੇ ਕਿ ਮੈਂ ਨਦਾਨੀ ਦੇ ਵਿੱਚ ਨਾ ਅਣਜਾਣੇ ਇਹ ਚੀਜ਼ ਜਿਹੜੀ ਛਾਪਰ ਪਾ ਕੇ ਦਵਾਈਆਂ ਦਾ ਚੁੱਕ ਕੇ ਨਹਿਰ ਦੇ ਵਿੱਚ ਮਾਰਿਆ, ਅਤੇ ਬਹੁਤ ਵੱਡੀ ਨਦਾਨੀ ਬਾਈ, ਮੇਰੀ ਗਲਤੀ, ਮੈਂ ਤੇਰੀ ਸੋਰੀ ਕਰਦਾ। ਅਤੇ ਬਾਈ ਇਹ ਚੀਜ਼ ਹੈ ਕਿ ਜਿਹੜਾ ਪਾਣੀ ਹੁੰਦਾ, ਅੱਗੇ ਜਾਨਵਰ ਵੀ ਇਸਤੇਮਾਲ ਕਰਦੇ ਨੇ, ਉਸ ਤੋਂ ਬਾਅਦ ਇਨਸਾਨ ਵੀ ਇਹ ਪਾਣੀ ਨੂੰ ਯੂਜ਼ ਕਰਦੇ ਆ। ਇਸ ਕਰਕੇ ਬਾਈ ਇਸ ਗਲਤੀ ਦੀ ਮੈਂ ਆਪਣੇ ਖੁਦਾ ਕੋਲ ਵੀ ਮਾਫ਼ੀ ਮੰਗਦਾ, ਅਤੇ ਸੋਰੀ ਫਾਰ ਐਵਰੀਥਿੰਗ ਵੀਰ ਜੀ। ਲਵ ਯੂ ਸੋ ਮਚ। ਜਿਹੜਾ ਤੁਸੀਂ ਰੋਕੀ ਵਾਸਤੇ ਦੁਆ ਕੀਤੀ, ਅਤੇ ਹੁਣ ਆਪਣਾ ਸ਼ੇਰੂ ਹੈ, ਅਤੇ ਸ਼ੇਰੂ ਦੇ ਵੀ ਪਰ ਨਿਕਲਣੇ ਸ਼ੁਰੂ ਹੋ ਗਏ ਨੇ, ਇਹ ਵੀ ਹੁਣ ਆਪਣੀ ਵੀਡੀਓ ਦੇ ਵਿੱਚ ਐਵੇਂ ਉੱਡਦਾ ਨਜ਼ਰ ਆਏਗਾ। ਲਵ ਯੂ ਭਰਾ।